हाँ जी ते सत श्रीकाल जी दोस्तों, अज की इस वीडियो में सिद्धू मूसेवाले जुड़िया हुई कुछ खास अपडेट्स तुहाडे नाल सांझा करन जा रहे हाँ। तो दोस्तों जेकर तुसी भी सिद्धू मूसेवाले दे फैन हो तो इस वीडियो नू लाइक करन दे नाल नाल इसनू एंड तक जरूर वेखना। तो दोस्तों सब तो पहला गल कर लें सिद्धू मूसेवाले द्वारा दिए गए रिप्लाई बारे जो कि सोशल मीडिया से काफ़ी वायरल हो रहा है। अते बाद गल करांगे सिद्धू दे फैंस लई आई एक बहुत वड्डी खुशखबरी बारे। तो दोस्तों हाल ही विच करण औजला ते बब्बू मान किसी शो दौरान इकट्ठे नजर आए सन। करण औजला अते सिद्धू दे बारे तो सारे जानते ही हैं कि ये दोनों एक दूजे को रिप्लाई करन दा एक भी मौका नहीं छड्डदे। अते रही गल बब्बू मान दी तां सिद्धू अते बब्बू मान विचार पिछे जिहे ही मन मुटाव होए सन। जदों करण औजला अते बब्बू मान दीआं इह वीडियो सोशल मीडिया उपर वायरल होईआं तां सिद्धू मूसेवाले ने स्नैपचैट राहीं एक स्टोरी सांझी कीती सी। करण औजला वायरल हो रही वीडियोज़ विच कह रहा सी कि उह बब्बू मान दा बहुत वड्डा फैन है, जिस तो बाद सिद्धू की इस स्टोरी नू लोग रिप्लाई की तरह वेख रहे हैं। सिद्धू ने स्टोरी विच बाय बाय गाने वाली फोटो सांझी करदे नीचे लिखा कि इकट्ठे होके भी कुछ नहीं ते असी इकल्ले भी बहुत कुछ हाँ, दुनिया ते साडे विच आही फर्क आ। ਇਹ ਇਕੱਠੇ ਹੋ ਕੇ ਪੜਿਆ ਲੱਗਦਾ ਹੈ ਕਿ ਸਿੱਧੂ ਨੇ ਕਰਨ ਔਜਲਾ ਅਤੇ ਬੱਬੂ ਮਾਨ ਨੂੰ ਇਕੱਠਿਆਂ ਹੀ ਟਾਰਗੇਟ ਕਰ ਦਿੱਤਾ ਹੈ। ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ। ਅਤੇ ਦੋਸਤੋ ਹਾਲ ਹੀ ਵਿੱਚ ਸਿੱਧੂ ਨੇ ਇੱਕ ਹੋਰ ਸਟੋਰੀ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਮੇਰੀ ਆਦਤ ਮੇਂ ਨਹੀਂ ਹੈ ਕੋਈ ਰਿਸ਼ਤਾ ਤੋੜ ਦੇਣਾ, ਮੇਰੇ ਸ਼ਾਇਰ ਨੇ ਕਿਹਾ ਥਾ ਮੋੜ ਦੇ ਕਰ ਛੋੜ ਦੇਣਾ। ਯਾਨੀ ਕਿ ਇਹ ਰਿਪਲਾਈ ਸਿੱਧੂ ਮੂਸੇਵਾਲੇ ਨੇ ਕੁਝ ਉਹਨਾਂ ਸਾਥੀਆਂ ਨੂੰ ਕੀਤਾ ਹੈ ਜਿਨ੍ਹਾਂ ਨੇ ਕਿਸੇ ਸਵਾਰਥ ਕਰਕੇ ਉਹਨਾਂ ਦਾ ਸਾਥ ਛੱਡ ਦਿੱਤਾ ਸੀ। ਅਤੇ ਦੋਸਤੋ ਨਾਟ ਗਿਆਰਾਂ ਨਾਮ ਦਾ ਗਾਣਾ ਵੀ 22 ਤਰੀਕ ਨੂੰ ਰਿਲੀਜ਼ ਹੋਣ ਵਾਲਾ ਹੈ ਜਿਸਦਾ ਸਿੰਗਰ ਜਤਿੰਦਰ ਗਾਗੋਵਾਲ ਹੈ ਅਤੇ ਇਸ ਵਿੱਚ ਸਿੱਧੂ ਦੀ ਗੈਸਟ ਅਪੀਅਰੈਂਸ ਹੋ ਸਕਦੀ ਹੈ। ਅਤੇ ਦੂਸਰੇ ਪਾਸੇ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਸਿੰਨ ਵੀ ਲੀਕ ਹੋ ਗਿਆ ਸੀ। ਹਾਲਾਂਕਿ ਉਸ ਗਾਣੇ ਦੇ ਕੁਝ ਬੋਲ ਹੀ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਸਨ। ਅਤੇ ਹਾਲ ਹੀ ਵਿੱਚ ਸੋਨੀ ਮਿਊਜ਼ਿਕ ਦੁਆਰਾ ਇੱਕ ਪੋਸਟ ਅਪਲੋਡ ਕੀਤੀ ਗਈ ਸੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਆਫੀਸ਼ੀਅਲ ਸੌਂਗ ਰਿਲੀਜ਼ਿੰਗ ਟੁਮੋਰੋ। ਅਤੇ ਇਹ ਪੋਸਟ ਕੱਲ ਦੀ ਸੀ, ਯਾਨੀ ਕਿ ਅੱਜ ਗਾਣਾ ਕਿਸੇ ਵੀ ਟਾਈਮ ਰਿਲੀਜ਼ ਕੀਤਾ ਜਾ ਸਕਦਾ ਸੀ। ਅਤੇ ਜਿਸ ਤੋਂ ਬਾਅਦ ਅੱਜ 1 ਘੰਟੇ ਪਹਿਲਾਂ ਹੀ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਅਤੇ ਸਿੱਧੂ ਦੇ ਸਿੰਨ ਗਾਣੇ ਦੀ ਆਡੀਓ ਰਿਲੀਜ਼ ਕਰ ਦਿੱਤੀ ਗਈ ਹੈ। ਅਤੇ ਦੋਸਤੋ ਇਸ ਆਡੀਓ ਨੂੰ ਤੁਸੀਂ ਸਪੋਟੀਫਾਈ 'ਤੇ ਸੁਣ ਸਕਦੇ ਹੋ। ਅਤੇ ਦੋਸਤੋ ਇਸ ਗਾਣੇ ਦੀ ਫੁੱਲ ਵੀਡੀਓ ਛੇਤੀ ਹੀ ਵੇਖਣ ਨੂੰ ਮਿਲ ਸਕਦੀ ਹੈ ਜੋ ਕਿ ਕਿਸੇ ਵੀ ਟਾਈਮ ਰਿਲੀਜ਼ ਕੀਤੀ ਜਾ ਸਕਦੀ ਹੈ। ਦੋਸਤੋ ਤੁਸੀਂ ਇਸ ਫੁੱਲ ਗਾਣੇ ਦੀ ਕਿੰਨੀ ਕੁ ਬੇਸਬਰੀ ਨਾਲ ਉਡੀਕ ਕਰ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ। ਹਾਂਜੀ ਤਾਂ ਦੋਸਤੋ ਇੰਨਾ ਹੀ ਸੀ ਅੱਜ ਦੀ ਇਸ ਵੀਡੀਓ ਵਿੱਚ। ਦੋਸਤੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣਾ ਫੀਡਬੈਕ ਸਾਡੇ ਨਾਲ ਜ਼ਰੂਰ ਸਾਂਝਾ ਕਰਨਾ। ਜੇਕਰ ਤੁਸੀਂ ਸਿੱਧੂ ਮੂਸੇਵਾਲੇ ਦੇ ਕੱਟੜ ਫੈਨ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਹੋਰ ਜਾਣਕਾਰੀ ਲਈ ਅਤੇ ਲੇਟੈਸਟ ਅਪਡੇਟਸ ਲਈ ਤੁਸੀਂ ਤੁਹਾਡੇ ਆਪਣੇ ਚੈਨਲ ਕਾਊਂਟਡਾਊਨ ਪੰਜਾਬੀ ਨੂੰ ਸਬਸਕ੍ਰਾਈਬ ਕਰਕੇ ਨਾਲ ਹੀ ਨੋਟੀਫਿਕੇਸ਼ਨ ਬੈਲ ਜ਼ਰੂਰ ਆਨ ਕਰ ਲੈਣਾ ਅਤੇ ਸਾਡੀ ਸਪੋਰਟ ਜ਼ਰੂਰ ਕਰਨਾ।